ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਫਰੈਂਡਸ ਮੈਂ ਜਾ ਰਹੀ ਆ ਅੱਜ ਮਾਰਕੀਟ ਕਿਉਂਕਿ ਅੱਜ ਬੜਾ ਹੀ ਖਾਸ ਦਿਨ ਹੈ ਤੇ ਇੱਥੇ ਬਸ ਅਸੀਂ ਵੈਸੇ ਐ 11 ਵਜੇ ਦਾ ਟਾਈਮ ਹੈ ਤੇ ਬਸ ਅਸੀਂ ਜਾ ਰਹੇ ਆ ਮਾਰਕੀਟ ਤੇ ਮਿਲਦੇ ਆ ਤੁਹਾਨੂੰ ਫੇਰ ਮਾਰਕੀਟ ਤੋਂ ਆ ਕੇ ਤੇ ਮੈਨੂੰ ਦੱਸਿਆ ਜੇ ਮੈਂ ਕਿੱਦਾਂ ਦੀ ਲੱਗ ਰਹੀ ਆ ਸਤਿ ਸ਼੍ਰੀ ਅਕਾਲ ਜੀ ਗੁੱਡ ਗੁੱਡ ਮ닝 ਤੇ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਪੈਂਟਸ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਸਾਰੇ ਠੀਕ-ਠਾਕ ਹੀ ਹੋਵੋਗੇ ਤੇ ਅੱਜ ਇਹ ਦਿਨ 14 ਮਾਰਚ ਤੇ ਅੱਜ ਇਹ ਸਿਮਰ ਦਾ ਬਰਥਡੇ ਅਸੀਂ ਸੈਲੀਬ੍ਰੇਟ ਕਰਨ ਲੱਗੇ ਆ ਸਵੇਰੇ ਅਸੀਂ ਸਮਾਨ ਲੈਣ ਗਏ ਸੀਗੇ ਪਟਿਆਲੇ ਜਾਂ ਇੱਕ ਵਾਰੀ ਤੇ ਵੈਸੇ ਤੇ ਬੜੀ ਦੇਰ ਦੇ ਆ ਚੁੱਕੇ ਆ ਦੁਪਹਿਰ ਦੇ ਹੀ ਆ ਚੁੱਕੇ ਆ ਲੇਕਿਨ ਉਸ ਤੋਂ ਬਾਅਦ ਬਸ ਥੋੜੀ ਜੀ ਅ ਤਿਆਰੀ ਕੀਤੀ ਏ ਪਾਰਟੀ ਦੀ ਤੇ ਛੋਟੀ ਜੀ ਪਾਰਟੀ ਏ ਬਸ ਬੱਚਿਆਂ ਦੀ ਥੋੜੀ ਜੀ ਗੈਦਰਿੰਗ ਕਰ ਲਈਏ ਛੋਟੇ ਬੱਚੇ ਆ ਗਏ ਨੇ ਸਿਮਰ ਦੀ ਫਰੈਂਡਸ ਨੇ ਕੁਝ ਤੇ ਹੁਣ ਅਸੀਂ ਤਿਆਰੀ ਤੇ ਕਰ ਲਈਏ ਬਸ ਹੁਣ ਅਸੀਂ ਕੇਕ ਜਿਹੜਾ ਏ ਉਹ ਕਟਿੰਗ ਕਰਨ ਲੱਗੇ ਆ ਤੇ ਆ ਜਾਓ ਜੀ ਤੁਸੀਂ ਵੀ ਸਾਰੇ ਬਰਥਡੇ ਤੇ ਇਨਵਾਈਟ ਹੋ ਤੇ ਚਲੋ ਜੀ ਫੇਰ ਕਰਦੇ ਆ ਪਹਿਲੇ ਪਾਰਟੀ ਤੇ ਮਿਲਦੇ ਆਂ ਫੇਰ ਦੁਬਾਰਾ ਹਾਂਜੀ ਪਾਰਟੀ ਜਿਹੜੀ ਏ ਉਹ ਬਸ ਸਟਾਰਟ ਹੋਣੀ ਵਾਲੀ ਏ ਸਾਰੀ ਅਸੀਂ ਤਿਆਰੀ ਕਰਕੇ ਰੱਖੀ ਹੋਈ ਏ ਬਸ ਦੇ ਸਿਮਰ ਦੇ ਪਾਪਾ ਇੱਥੇ ਗਏ ਹੋਏ ਸੀਗੇ ਤੇ ਬਸ ਉਹਨਾਂ ਦਾ ਹੀ ਵੇਟ ਕਰ ਰਹੇ ਸੀ ਤੇ ਇੱਥੇ ਅਸੀਂ ਤਿਆਰ ਬੈਠੇ ਆਂ ਕੇਕ ਕੱਟਣ ਵਾਸਤੇ ਤੇ 5-7 ਮਿੰਟ ਦੇ ਵਿੱਚ ਹੀ ਬਸ ਪਾਰਟੀ ਜਿਹੜੀ ਏ ਸਾਡੀ ਸਟਾਰਟ ਹੋ ਚੁੱਕੀ ਸੀ ਤੇ ਮੈਂ ਵੀ ਵੇਖੋ ਉੱਥੇ ਬੈਠੀ ਵੇਟ ਕਰ ਰਹੀ ਆਂ ਉਹਨਾਂ ਦਾ ਹੀ ਤੇ ਅੱਜ ਸਾਰੇ ਹੀ ਬਸ ਗਏ ਹੋਏ ਸੀਗੇ ਕੰਮ ਤੇ ਕੋਈ ਵੀ ਨਹੀਂ ਸੀ ਹੈਗਾ ਘਾਰ ਤੇ ਫਿਰ ਬੱਚੇ ਵੀ ਮੈਂ ਤੁਹਾਨੂੰ ਪਤਾ ਹੈ ਜਦੋਂ ਫਿਰ ਬੱਚਿਆਂ ਨੂੰ ਪਤਾ ਲੱਗ ਜੇ ਵੀ ਅੱਜ ਪਾਰਟੀ ਹੈ ਤੇ ਫਿਰ ਉਸ ਤੋਂ ਬਾਅਦ ਬੱਚਿਆਂ ਦਾ ਤਾਂ ਕੰਟਰੋਲ ਹੀ ਨਹੀਂ ਹੁੰਦਾ ਤੇ ਫਿਰ ਮੈਂ ਕਿਹਾ ਚਲੋ ਵੇਟ ਕਰ ਲੈਨੇ ਆ ਤੇ ਇੱਥੇ ਅਨਮੋਲ ਕੈਂਡਲ ਜਿਹੜੀਆਂ ਨੇ ਉਹ ਜਗਾ ਰਿਆ ਸੀਗਾ ਤੇ ਇੱਥੇ ਸਿਮਰ ਮੇਰੀ 11 ਸਾਲ ਦੀ ਹੋ ਗਈ ਹੈ ਤੇ ਅਸੀਂ ਇੱਥੇ 11 ਹੀ ਕੈਂਡਲ ਜਲਾਈਆਂ ਸੀਗੀਆਂ ਤੇ 11 ਸਾਲ ਦੀ ਹੋ ਗਈ ਏ ਤੇ ਦੇਖੋ ਕਿੰਨੀ ਜਲਦੀ ਟਾਈਮ ਬੀਤ ਜਾਂਦਾ ਹੈ ਪਤਾ ਹੀ ਨਹੀਂ ਚਲਦਾ ਹਨਾ ਸਾਡੇ ਬੱਚੇ ਛੋਟੇ ਛੋਟੇ ਹੁੰਦੇ ਨੇ ਤੇ ਪਤਾ ਹੀ ਨਹੀਂ ਚਲਦਾ ਇੰਨੇ ਵੱਡੇ ਕਦੋਂ ਹੋ ਜਾਂਦੇ ਨੇ ਕਿ 11 ਸਾਲ ਦਾ ਸਫ਼ਰ ਬੀਤ ਗਿਆ ਹੈ ਤੇ ਬਸ ਹੋਰ ਥੋੜੇ ਟਾਈਮ ਤੱਕ ਸਾਨੂੰ ਇਹਦੇ ਮਤਲਬ ਇਹਦੇ ਫਿਊਚਰ ਦੀ ਚਿੰਤਾ ਲੱਗ ਹੀ ਜਾਣੀ ਹੈ ਤੇ ਫਿਊਚਰ ਤੇ ਦੇਖੋ ਇਹਦਾ ਬੱਚੇ ਦਾ ਹੱਲੀ ਅਸੀਂ ਪੜਾਈ ਵਾਲੀ ਬਣਾਵਾਂਗੇ ਮੈਂ ਹੱਲੀ ਕੋਈ ਵੀ ਐਵੇਂ ਦਾ ਨਹੀਂ ਸੋਚਦੀ ਵੀ ਹਾਂ ਅਸੀਂ ਇਹਦਾ ਜਲਦੀ ਵਿਆਹ ਕਰ ਦਵਾਂਗੇ ਜਾਂ ਐਵੇਂ ਨਹੀਂ ਮੇਰੀ ਸੋਚ ਹੈ ਕਿ ਕੁੜੀਆਂ ਨੂੰ ਅ ਪਹਿਲੇ ਪੂਰੀ ਤਰ੍ਹਾਂ ਸਟੈਂਡ ਕਰੋ ਫਾਈਨੈਂਸ਼ੀਅਲ ਜ਼ਿਆਦਾ ਸਟੈਂਡ ਕਰੋ ਉਹਨਾਂ ਨੂੰ ਤੇ ਮੈਂ ਸੋਚਦੀ ਆ ਵੀ ਇਹ ਪਹਿਲੇ ਆਪਣੇ ਪੈਰਾਂ ਤੇ ਖੜੀ ਹੋਏ ਫਿਰ ਆਪਣਾ ਆਪਣੀ ਜੜੀ ਆ ਮੇਨ ਬੈਂਕ ਬੈਲੈਂਸ ਉਹ ਬਣਾਏ ਔਰ ਆਪਣੇ ਹੱਥੀ ਬਣਾਏ ਕਿਉਂਕਿ ਬੱਚੇ ਨੂੰ ਇਸ ਚੀਜ਼ ਦਾ ਬੜਾ ਜ਼ਿਆਦਾ ਜ਼ਰੂਰੀ ਅੱਜ ਦੇ ਜਮਾਨੇ 'ਚ ਸਿਖਾਣਾ ਕਿ ਤੁਹਾਡਾ ਬੈਂਕ ਬੈਲੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਕੁੜੀ ਵਿਆਹੀ ਏ ਚਾਹੇ ਕੁਵਾਰੀ ਏ ਲੇਕਿਨ ਉਹਨੂੰ ਆਪਣਾ ਬੈਂਕ ਬੈਲੈਂਸ ਜ਼ਰੂਰ ਬਣਾਉਣਾ ਚਾਹੀਦਾ ਹੈ ਕਿਉਂਕਿ ਉਹ ਅੱਗੇ ਜਾ ਕੇ ਕਿਸੇ ਦੇ ਉੱਪਰ ਡਿਪੈਂਡ ਨਾ ਰਹੇ ਤੇ ਮੈਂ ਵੀ ਇਹੋ ਸੋਚਦੀ ਆਂ ਵੀ ਜਿਹੜੇ ਲੋਕ ਸੋਚਦੇ ਨੇ ਵੀ ਕੁੜੀਆਂ ਦਾ ਅਸੀਂ ਵਿਆਹ ਕਰਨਾ ਹੈ ਅਸੀਂ ਦਾਜ ਇਕੱਠਾ ਕਰਨਾ ਹੈ ਨਹੀਂ ਦਾਜ ਨਾ ਇਕੱਠਾ ਕਰੋ ਸਿਰਫ ਉਹਨੂੰ ਫਾਈਨੈਂਸ਼ਲੀ ਸਟਰੋਂਗ ਬਣਾਓ ਔਰ ਐਦਾਂ ਦਾ ਸਟਰੋਂਗ ਬਣਾਓ ਕਿ ਉਹ ਅੱਗੇ ਜਾ ਕੇ ਕਦੀ ਵੀ ਉਹਨੂੰ ਕਿਸੇ ਗੱਲ 'ਚ ਦਿੱਕਤ ਨਾ ਆਏ ਤੇ ਬਸ ਮੈਂ ਵੀ ਇਹ ਸੋਚਦੀ ਆ ਮੈਂ ਕਿੰਨੀਆਂ ਬੱਚੇ ਅੱਛਾ ਪੜ੍ਹ ਲਿਖ ਜਾਣ ਔਰ ਮੇਰੀ ਸੀਮਰ ਵੈਸੇ ਵੀ ਪੜਾਈ 'ਚ ਕਾਫੀ ਅੱਛੀ ਏ ਮਤਲਬ ਹੁਣ ਥੋੜੇ ਦੇ ਨਵੇਂ ਦੇ ਦੇ ਟੈਸਟ ਹੋਏ ਸੀ ਤੇ ਕਾਫੀ ਅੱਛੇ ਮਾਰਕਸ ਲੈ ਕੇ ਆਈ ਏ ਤੇ ਅੱਜ 15 ਤਰੀਕ ਤੋਂ ਇਹਨਾਂ ਦੇ ਫਾਈਨਲ ਪੇਪਰ ਸਟਾਰਟ ਹੋ ਗਏ ਨੇ ਤੇ ਇੱਥੇ ਇੱਥੇ ਕੇਕ ਅਸੀਂ ਕੱਟ ਲਿਆ ਤੇ ਹੁਣ ਬਸ ਸਾਰੇ ਬੱਚੇ ਇੰਜੋਏ ਕਰ ਰਹੇ ਨੇ ਕੇਕ ਖਾ ਰਹੇ ਨੇ ਤੇ ਨਾਲ ਅਸੀਂ ਲੈ ਕੇ ਆਈ ਸੀ ਨਮਕੀਨ ਦੇ ਵਿੱਚ ਪੈਟੀਜ਼ ਲੈ ਕੇ ਆਏ ਸੀਗੇ ਤੇ ਬੱਚਿਆਂ ਨੂੰ ਕਾਫੀ ਪਸੰਦ ਆਈਏ ਕਿ ਅੱਛੀ ਵੀ ਲੱਗਦੀ ਹੈ ਕਾਨਚ ਸਮੋਸੇ ਨਾਲ ਉਹ ਜ਼ਿਆਦਾ ਪੈਟੀਜ਼ ਜਿਹੜੀ ਹੈ ਜ਼ਿਆਦਾ ਅੱਛੀ ਲੱਗਦੀ ਬੱਚਿਆਂ ਨੂੰ ਤੇ ਬਸ ਹੁਣ ਟਾਈਮ ਆ ਗਿਆ ਹੈ ਫਾਉਨਾ ਜਿਹੜੇ ਗਿਫਟ ਮਿਲੇ ਨੇ ਸਿਮਰ ਨੂੰ ਉਹਦੇ ਨੂੰ ਓਪਨ ਕਰਕੇ ਆਈਏ ਨਾਲ 100 ਰੁਪਏ ਅਲਕਲੀ ਦਾ ਸਮਰਪਿਤ ਫਰੈਂਡ ਨੇ ਮਿਲੇ ਉਹ ਦੁਰਾ ਦੇਵਰੇ ਕੰਮ ਆਏ ਬਸ ਬਦਲ ਆ ਗਏ ਇਸ ਆਦ ਨਾਲ ਬੱਚਿਆਂ ਵਾਲੇ ਗਿਫਟ ਨੇ ਸਾਰੇ ਤੇ ਬੜੀ ਖੁਸ਼ ਹੋ ਚੁੱਕੀ ਸੀ ਸਿਮਰ ਸਾਰੇ ਗਿਫਟ ਨੂੰ ਫਿਕਰ ਵੀ ਪਿਆ ਇਹ ਮੇਰੇ ਲਈ ਕਈ ਸੀਨੇ ਵਾਸਤੇ 2-3 ਹੀਟ ਲੱਗੇ ਹੈ ਚਲੋ ਹੁਣ ਹੁਣ ਗਿਫਟ ਤੇ ਬਹਿ ਹਾਂ ਬੰਦਾ ਇਹ ਓਏ ਹੋਏ ਹਾਏ ਜਿਹੜੀ ਕਿਤਨੀ ਹਾਏ ਜੀਵਨ ਬੜੀ ਸੰਜੋਤੀ ਸਹ ਗਈ ਸੀ ਤੇ ਮੇਰੀ ਸੀਮਨ ਨੂੰ ਚਾਕਲੇਟ ਬਹੁਤ ਜ਼ਿਆਦਾ ਪਸੰਦ ਨੇ ਮੈਂ ਕਿਹਾ ਚੱਲਾ ਅੱਜ ਬਰਥਡੇ ਤੇ ਆਇਆ ਦੀ ਵਿਸ਼ ਪੂਰੀ ਕਰ ਹੀ ਦਿੰਨੇ ਵਸ ਸਿਰ ਨਹੀਂ ਦਿੰਦੇ ਲੇਕਿਨ ਉਸਨੂੰ ਡਾਂਟਦੇ ਰਹਿੰਨੇ ਜਦੋਂ ਖਾਂਦੀ ਮੈਂ ਵਾਲਾ ਗਿਫਟ ਤੇ ਫਰੈਂਡ ਆ ਕੇ ਆਈ ਹੈ ਜਿਹੜੀ ਦੀ ਕਲਾਸ ਮੇਟੇ ਜੇ ਪੇਪਰ ਪੜ੍ਹੇ ਉਹਨੂੰ ਨਹੀਂ ਚੋਈ ਉਹ ਵਾਲੀ ਐ ਤੇ ਬੜਾ ਹੀ ਕਹਾਸੇ ਐ ਤੇ ਤੇਰਾ ਵਸ ਸਵੇਰੇ ਹੀ ਜਾਣਾ ਦੁਪahar ਬੱਚੇ ਗਿਫਟ ਦੇਣਾ ਨਾਮ ਤੇ ਖੁਸ਼ ਹੋ ਜਾਂਦੇ ਨੇ ਫੋਰਨ ਗਿਫਟ ਤੇ ਫੇਰ ਹੀ ਗਿਫਟ ਕਿਵੇਂ ਮਤਲਬ ਗਿਫਟ ਖੋਲ ਦੇਣੇ ਤੇ ਹੋਰ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇੱਥੇ ਮੈਂ ਇਹ ਸਕੂਲ ਦੇ ਸ਼ੂਜ਼ ਲੈ ਕੇ ਆਈ ਸੀ ਤੋਂ ਕਿ ਮੈਨੂੰ ਪਤਾ ਸੀ ਇਹਨੂੰ ਜ਼ਰੂਰਤ ਹੈਗੀ ਹੈ ਔਰ ਮੈਂ ਸੋਚਿਆ ਚਲੋ ਹੁਣ ਦੇਖੋ ਬੱਚੇ ਨੂੰ ਗਿਫਟ ਦੇਣਾ ਹੈ ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨੂੰ ਐਵੇਂ ਦੀ ਚੀਜ਼ ਦਈਏ ਵੀ ਜਿਹੜੀ ਉਹਦੀ ਪਾਈ ਰਹੇ ਜਾਂ ਮਤਲਬ ਕੋਈ ਯੂਜ਼ੇਬਲ ਚੀਜ਼ ਜਿਹੜੀ ਹੈ ਜਿਹੜਾ ਬੱਚੇ ਨੂੰ ਯਾਦ ਰਹੇ ਹਾਂ ਮੈਨੂੰ ਮਿਲਿਆ ਸੀ ਤੇ ਮੈਂ ਵੈਸੇ ਸੋਚਿਆ ਤੇ ਨਹੀਂ ਸੀ ਵੀ ਐਵੇਂ ਦਾ ਕੁਝ ਹੋ ਦਵਾਂਗੀ ਲੇਕਿਨ ਮੈਂ ਕਿਹਾ ਚਲੋ ਹੋਣਾ ਜਿਹੜੀ ਮੇਰੇ ਬੱਚੇ ਨੂੰ ਜ਼ਰੂਰਤ ਹੈ ਉਹਦੇ ਤੇ ਹੀ ਪੈਸੇ ਖਰਚ ਕਰ ਲੈਣੇ ਐਵੇਂ ਕੀ ਕਰਨਾ ਫਾਲਤੂ ਦੇ ਪੈਸੇ ਖਰਚ ਕਰਕੇ ਤੇ ਇੱਥੇ ਹੁਣ ਇੱਕ ਹੋਰ ਗਿਫਟ ਖੋਲ ਰਹੀ ਐ ਐ ਵੀ ਇਹਦੀ ਇੱਕ ਫਰੈਂਡ ਦੇ ਉਹਦੇ ਬ੍ਰਦਰ ਨੇ ਦਿੱਤਾ ਸੀਗਾ ਇਹਨੂੰ ਹਾਂ ਉਹ ਇਹ ਸ਼ਾਇਦ ਦੋ ਕਲਾਸਾਂ ਪਿੱਛੇ ਦੇ ਤੇ ਇਹ ਦੇਖੋ ਇਹ ਕੈਂਡੀਆਂ ਨੇ کافی ਸਿਮਰ ਨੂੰ ਕੈਂਡੀਆਂ ਤੇ ਵੈਸੀ ਹੀ ਬੜੀਆਂ ਪਸੰਦ ਨੇ ਅੱਜ ਦੀ ਹੁਣ ਬਰਥਡੇ ਪਾਰਟੀ ਸਾਡੀ ਹੋ ਚੁੱਕੀ ਏ ਗਿਫਟ ਵੀ ਜਿਹੜੇ ਨੇ ਉਹ ਓਪਨ ਕਰ ਚੁੱਕੇ ਆ ਤੇ ਹੁਣ ਅਸੀਂ ਮਿਲਾਂਗੇ ਅਗਲੇ ਦਿਨ ਲੋ ਜੀ ਇਹ ਹੁਣ ਅਗਲਾ ਦਿਨ ਨੇ ਤੇ ਅੱਜ ਤੁਹਾਨੂੰ ਮੈਂ ਲੈ ਕੇ ਚੱਲੀ ਆ ਕਿਸੇ ਦੇ ਘਰ ਆ ਸਾਡੇ ਇੱਥੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋਵੋਗੇ ਬੜਾ ਹੀ ਵੱਡਾ ਮੀੜਾ ਨਜ਼ਰ ਆਉਂਦਾ ਹੈ ਤੇ ਅਸੀਂ ਇੱਕ ਵਿੜੇ ਦੇ ਵਿੱਚ ਤਿੰਨ ਘਰ ਰਹਿਣੇ ਆ ਤੇ ਜਿਹੜੇ ਕੀ ਅਸੀਂ ਦਰਾਣੀ ਜਠਾਣੀ ਮਤਲਬ ਤਿੰਨ ਜਨੇ ਅਸੀਂ ਰਹਿਣੇ ਆ ਤੇ ਇਹ ਅੱਜ ਮੇਰੀ ਵੱਡੀ ਜਠਾਣੀ ਨੇ ਜੇਠ ਮਤਲਬ ਉਹਨਾਂ ਨੇ ਮਕਾਨ ਬਣਾਉਣਾ ਸਟਾਰਟ ਕੀਤਾ ਆਪਣਾ ਤੇ ਅਸੀਂ ਇੱਥੇ ਅੱਜ ਆਏ ਸੀ ਇਹਨਾਂ ਨੇ ਅੱਜ ਮਕਾਨ ਦਾ ਮਹੂਰਤ ਕਰਨਾ ਸੀਗਾ ਮਤਲਬ ਜਿਵੇਂ ਕਹਿੰਦੇ ਨੇ ਨਾ ਵੀ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਲੀ ਤੇ ਇੱਥੇ ਬਾਬਾ ਜੀ ਨੂੰ ਬੁਲਾ ਕੇ ਗੁਰਦੁਆਰੇ ਵਾਲੇ ਤੇ ਉਹਨਾਂ ਨੇ ਫਿਰ ਅਰਦਾਸ ਵਗੈਰਾ ਕਰਵਾਈ ਸੀ ਕਿ ਤੇ ਇੱਥੇ ਹਾਲੀ ਮੈਂ ਪਹਿਲੇ ਕਦੀ ਵੀਡੀਓ ਦੇ ਵਿੱਚ ਤੁਹਾਨੂੰ ਨਹੀਂ ਦਿਖਾਇਆ ਤੇ ਅੱਜ ਫਸਟ ਟਾਈਮ ਦਿਖਾ ਰਹੀ ਹਾਂ ਕਿ ਅਸੀਂ ਇੱਥੇ ਇਕੱਠੇ ਮਤਲਬ ਤਿੰਨ ਘਰ ਰਹਿਨੇ ਆ ਆਪਣੇ ਵੇੜੇ ਦੇ ਵਿੱਚ ਤੇ ਆ ਜਿਹੜਾ ਤੁਸੀਂ ਪਿੱਛੇ ਸਾਹਮਣੇ ਦੇਖ ਰਹੇ ਹੋ ਇਹ ਸਾਡਾ ਘਰ ਬਣਿਆ ਹੋਇਆ ਹੈ ਤੇ ਇਹਦੇ ਨਾਲ ਹੀ ਇਹਨਾਂ ਦਾ ਘਰ ਬਣਿਆ ਹੋਇਆ ਹੈ ਲੇਕਿਨ ਇਹਨਾਂ ਨੇ ਹੁਣ ਸਾਰਾ ਤੋੜ ਕੇ ਬਣਾ ਰਹੇ ਨੇ ਅੱਜ ਤੋਂ ਹੀ ਸਟਾਰਟ ਕੀਤਾ ਸੀਗਾ ਸਮਝ ਲਓ ਅੱਜ ਜਿਵੇਂ ਇਹਨਾਂ ਨੇ ਮੂਰਤ ਕੀਤਾ ਹੈ ਮਕਾਨ ਬਣਾਉਣ ਦਾ ਤੇ ਅਸੀਂ ਸਾਰੇ ਜਣੇ ਇੱਥੇ ਅੱਜ ਆਏ ਸੀਗੇ ਇਹਨਾਂ ਨੇ ਅੱਜ ਨੀਂ ਰੱਖਣੀ ਸੀ ਤੇ ਇੱਥੇ ਹੁਣ ਬਾਬਾ ਜੀ ਅਰਦਾਸ ਕਰਨਗੇ ਪਹਿਲੇ ਐਵੇਂ ਸੇ ਸੀਮਾ ਸੌਰੀ ਅਮ ਅਨਮੋਲ ਨੇ ਕਲਿੱਪ ਲਈਏ ਲੇਕਿਨ ਉਹਨੂੰ ਥੋੜਾ ਟੰਗ ਨਾਲ ਨਹੀਂ ਲੈਣੀ ਆਈ ਕਲਿੱਪ ਤੇ ਅਸੀਂ ਇੱਥੇ ਸਾਰੇ ਜਣੇ ਹੀ ਖੜੇ ਹੋਏ ਸੀਗੇ ਔਰ ਇੱਥੇ ਬਾਬਾ ਜੀ ਅਰਦਾਸ ਕਰ ਰਹੇ ਨੇ ਅਰਦਾਸ ਕਰਨ ਤੋਂ ਬਾਅਦ ਹੁਣ ਇੱਥੇ ਅ ਕਈ ਦੇ ਨਾਲ ਮਤਲਬ ਸ਼ੁਰੂਆਤ ਕੀਤੀ ਜਾਏਗੀ ਕੰਮ ਦੀ ਤੇ ਇਹ ਜਿਹੜੀ ਸ਼ੁਰੂਆਤ ਕਰਨ ਲੱਗੇ ਨੇ ਹੈ ਸਾਡੇ ਡਾੜੀ ਜੀ ਨੇ ਮੇਰੇ ਇਨ ਬਲਗ ਫਾਦਰ ਇਨ ਨੂੰ ਤੇ ਘਰ ਦੇ ਵੱਡੇ ਹੋਣ ਕਰਕੇ ਫਿਰ ਇਹਨਾਂ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਇਹ ਜੋ ਕਰੋ ਤੇ ਬਸ ਹੁਣ ਇੱਥੇ ਸ਼ੁਰੂਆਤ ਹੋ ਚੁੱਕੀ ਹੈ ਅੱਜ ਇਹਨਾਂ ਦੇ ਮਕਾਨ ਦੀ ਤੇ ਲੋ ਜੀ ਤੁਸੀਂ ਵੀ ਸਾਰੇ ਜਣੇ ਮੂੰ ਮਿੱਠਾ ਕਰ ਲਓ ਤੇ ਇਹਦੇ ਨਾਲ ਹੀ ਅਸੀਂ ਵੀਡੀਓ ਦਾ ਐਂਡ ਕਰਦੇ ਹਾਂ ਮਿਲਾਂਗੇ ਹੁਣ ਨੈਕਸਟ ਵੀਡੀਓ ਦੇ ਵਿੱਚ ਅਗਰ ਵੀਡੀਓ ਪਸੰਦ ਆਇਆ ਹੋਏ ਤੇ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਇਹਦੇ ਨਾਲ ਹੀ ਸਤਿ ਸ਼੍ਰੀ ਅਕਾਲ